ਆਹ ਦੇਖੋ ਪੱਥਰਾਂ ਦੇ ਨਾਲ ਹੀ ਬਾਂਬਣਾ ਛੜਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਵਿਜ਼ਿਟ ਕਰਨ ਲੱਗੇ ਹਾਂ ਬਾਰਸਲੋਨਾ ਦੀ ਮੋਸਟ ਵਿਜ਼ਿਟਡ ਪਲੇਸ ਪਾਰਕ ਗੁਇਲ। ਇਹ ਵੀ ਐਂਟਨੀ ਗੌਡੀ ਨੇ ਬਣਾਈ ਹੋਈ ਪਾਰਕ। ਇਹ ਮਤਲਬ ਉਹਨੇ ਰਿਹਾਇਸ਼ੀ ਏਰੀਆ ਬਣਾਇਆ ਹੋਇਆ ਸੀ ਅਮੀਰ ਲੋਕਾਂ ਵਾਸਤੇ ਵੀ, ਅਤੇ ਉੱਥੇ ਕੁਛ ਬਿਲਡਿੰਗਸ ਆ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ। ਅਤੇ ਕਾਫੀ ਹਾਈਟ ਦੇ ਉੱਪਰ ਆ, ਅਤੇ ਆ ਓਲਡ ਬਾਰਸੀਲੋਨਾ ਵਾ, ਮਤਲਬ ਕਾਫੀ ਪੁਰਾਣਾ, ਤੁਹਾਨੂੰ ਘਰਾਂ ਤੋਂ ਵੀ ਪਤਾ ਲੱਗੇਗਾ। ਪਾਈਪ ਵਗੈਰਾ ਬਾਹਰ ਹੀ ਨਜ਼ਰ ਆਉਂਦੇ ਪਏ ਕਈ ਜਗ੍ਹਾ 'ਤੇ। ਅਤੇ ਜਿਹੜੀਆਂ ਮਾਰਕੀਟਸ ਆ ਉਹ ਵੀ ਬੜੀਆਂ ਸਿੰਪਲ ਆ, ਜਿੱਦਾਂ ਮਤਲਬ ਇੰਡੀਆ 'ਚ ਹੁੰਦੀਆਂ, ਕੋਈ ਇੱਥੇ ਮਤਲਬ ਸੁਪਰ ਮਾਰਕੀਟ ਨਹੀਂ ਨਜ਼ਰ ਆਉਂਦੀ ਪਈ ਇਸ ਏਰੀਏ 'ਚ। ਇੱਥੇ ਕੰਸਟਰਕਸ਼ਨ ਵੀ ਚੱਲਦੀ ਪਈ, ਬਾਕੀ ਦੱਸ ਦੇ ਨਾਲ ਨਾਲ ਤੁਹਾਨੂੰ ਜਾ ਕੇ। ਅਤੇ ਪਾਰਕ ਵੱਲ ਤੁਸੀਂ ਬਾਈ ਟੈਕਸੀ ਵੀ ਆ ਸਕਦੇ ਜੇ, ਬਟ ਅਗਰ ਤੁਸੀਂ ਮਤਲਬ ਮੈਟਰੋ 'ਤੇ ਆਉਣਾ ਤਾਂ L3 ਲਾਈਨ ਆਉਂਦੀ ਹੈ ਇੱਥੇ, ਅਤੇ ਸਟੇਸ਼ਨ ਦਾ ਨਾਮ ਹੈ ਵਲਕਾਰਕਾ, ਉੱਥੇ ਆ ਕੇ ਤੁਸੀਂ ਮਤਲਬ ਉਤਰ ਸਕਦੇ ਜੇ। ਵੈਸੇ ਆ ਜਿਹੜੀ ਲਿਫਟ ਹੈ ਤਿਆਰ ਕਰਦੇ ਪਏ ਆ ਸਾਰੀ ਜਗ੍ਹਾ, ਬਟ ਅਸੀਂ ਇਹ ਵੇਸਟ ਕੀਤਾ ਵਾ ਬਿਨਾਂ ਪੌੜੀਆਂ ਤੋਂ ਹੀ ਅੱਧਾ ਸਫ਼ਰ, ਉਹ ਕਾਫੀ ਨੀਚੋਂ ਆਏ ਹਾਂ, ਅਤੇ ਥੋੜ੍ਹੀ ਹੈਲਥ ਦੀ ਐਕਸਰਸਾਈਜ਼ ਹੋ ਗਈ ਹੈ। ਅਤੇ ਬਾਕੀ ਕੰਸਟਰਕਸ਼ਨ ਚੱਲਦੀ ਪਈ, ਹੋ ਸੋ ਜਦੋਂ ਤੁਸੀਂ ਆਓ ਉਦੋਂ ਇਹ ਕੰਪਲੀਟ ਹੋ ਚੁੱਕੀ ਹੋਵੇਗੀ। ਬਹੁਤ ਹੀ ਹਾਈਟ 'ਤੇ ਆ, ਬਸ ਆਲਮੋਸਟ ਪਹੁੰਚ ਗਏ ਹਾਂ, ਐਂਟਰ ਕਰਨ ਲੱਗੇ ਹਾਂ। ਇੱਥੇ ਐਂਟਰੈਂਸ 'ਤੇ ਆ ਗਏ, ਇੱਦਾਂ ਦਾ ਵਿਊ ਨਜ਼ਰ ਆਉਂਦਾ ਸਿਟੀ ਦਾ, ਆ ਸਿਗਾਰ ਦਾ ਵੀ ਮਿਲਿਆ, ਆ ਪੂਰੀ ਸਿਟੀ ਨਜ਼ਰ ਆਉਂਦੀ ਉੱਥੇ। ਆਓ ਆ ਜੀ ਮੇਨ ਕ੍ਰੀਏਸ਼ਨ ਜਿਹੜੀ ਦੇਖਣ ਜਾ ਰਹੇ ਹਾਂ, ਤੁਹਾਡੇ ਕਾਫੀ ਸਫ਼ਰ ਪਿਆ ਥੱਲੇ। ਇੱਥੇ ਦੇਖ ਸਕਦੇ ਟੂਰਿਸਟ ਪਹੁੰਚੇ ਹੋਏ ਆ, ਅਜੇ ਟਾਈਮ ਹੋਇਆ 9:30 ਦਾ, ਅਤੇ ਰਸ਼ ਪੈਣਾ ਸਟਾਰਟ ਹੋ ਚੁੱਕਾ ਵਾ। ਬਾਕੀ ਡਿਜ਼ਾਇਨ ਆ ਵੀ ਨੇਚਰ ਤੋਂ ਇੰਸਪਾਇਰ ਆ, ਜਿੰਨੇ ਵੀ ਡਿਜ਼ਾਇਨ ਆ ਇੱਥੇ ਜਿਹੜੀਆਂ ਅੱਗੇ ਬਿਲਡਿੰਗ ਆ ਉਹ ਵੀ ਮਤਲਬ ਨੇਚਰ ਤੋਂ ਇੰਸਪਾਇਰਡ। ਵਧੀਆ ਕੀਤਾ ਹੋਇਆ ਸੈੱਟ ਪਾਰਕ ਹੈ ਨਾ। ਆਹ ਵਾਲੀਆਂ ਬਿਲਡਿੰਗਸ ਆ ਜਿਹੜੀਆਂ ਮਤਲਬ ਨੀਚੇ ਜਾ ਕੇ ਤੁਹਾਨੂੰ ਦਿਖਾਵਾਂਗੇ, ਇਹੀ ਦੇਖਣ ਆਉਂਦੇ ਲੋਕ, ਫੋਟੋਆਂ ਖਿਚਾਉਂਦੇ ਪਏ ਲੋਕ। ਅਤੇ ਸਾਰੀਆਂ ਬਿਲਡਿੰਗਸ ਜਿਹੜੀਆਂ ਮਤਲਬ ਜਿਵੇਂ ਨੇਚਰ ਹੁੰਦੀ ਆ ਉਸੇ ਤਰੀਕੇ ਨਾਲ ਬਣਾਈਆਂ ਗਈਆਂ, ਤਾਂ ਕਰਕੇ ਲੋਕ ਇਹਨਾਂ ਨੂੰ ਦੇਖਣ ਆਉਂਦੇ ਆ, ਕਿਉਂਕਿ ਬਹੁਤ ਹੀ ਜ਼ਿਆਦਾ ਬਿਊਟੀਫੁੱਲ ਲੱਗਦੀਆਂ। ਬਾਕੀ ਟੂਰਿਸਟ ਬਹੁਤ ਆਉਂਦਾ ਇੱਥੇ ਵੀ, ਅਤੇ ਬਹੁਤ ਹੀ ਮਤਲਬ ਯੂਨੀਕ ਪਾਰਕ ਆ। ਬਹੁਤ ਸਾਰੇ ਪਾਰਕ ਤੁਸੀਂ ਦੇਖੇ ਹੋਣਗੇ ਜ਼ਿੰਦਗੀ ਵਿੱਚ, ਬਟ ਇਹ ਬਹੁਤ ਹੀ ਡਿਫਰੈਂਟ ਆ, ਅਤੇ ਇਸ ਕਰਕੇ ਹੀ ਲੋਕ ਇੱਥੇ ਦੇਖਣ ਆਉਂਦੇ ਆ। ਛੱਤ ਦੇਖੋ ਪੱਥਰ ਕਿਵੇਂ ਲਮਕਦੇ ਪਏ ਥੱਲੇ ਨੀਚੇ ਨੂੰ, ਮਤਲਬ ਪਤਾ ਨਹੀਂ ਕਿਹੜੇ ਸਿਸਟਮ ਨਾਲ ਬਣਾਇਆ ਹੋਇਆ ਜੁਗਾੜ ਜਾਂ।
ਬੈਠਣ ਲਈ ਚੇਅਰ ਵੀ ਬਣਾਈ ਹੋਈ ਆ। ਉਹਨੂੰ ਸ਼ਾਇਦ ਪਤਾ ਸੀ ਬਹੁਤ ਲੋਕ ਆਇਆ ਕਰਨਗੇ ਇੱਥੇ। ਮਤਲਬ ਕ੍ਰੀਏਸ਼ਨ ਇੱਦਾਂ ਨਹੀਂ ਬਣਾਈ ਵੀ ਉੱਦਾਂ ਹੀ ਬਣਾਉਣ ਦਾ ਤੁੱਕਾ ਹੀ ਲਾ ਛੱਡਿਆ, ਸਭ ਕੋ ਮਤਲਬ ਸੋਚ ਸਮਝ ਕੇ A to Z ਬਣਾਇਆ ਗਿਆ ਇੱਥੇ, ਤਾਂ ਜੋ ਲੋਕ ਯਾਦ ਕਰਨ ਉਸਨੂੰ। ਦਿਖਾਉਂਦੇ ਤੁਹਾਨੂੰ ਹੋਰ ਮਾਹੌਲ 'ਚ, ਮਤਲਬ ਪੱਥਰ ਪਤਾ ਨਹੀਂ ਕਿੱਦਾਂ ਟਿਕਾ ਛੱਡੇ ਆ ਪੂਰੀ, ਮਤਲਬ ਦੇਖਣ ਵਾਲੀ ਚੀਜ਼ ਆ। ਆਹ ਦੇਖੋ ਪੱਥਰਾਂ ਦੇ ਨਾਲ ਹੀ ਪਾਮ ਬਣਾ ਛੱਡਿਆ।